ਨਮਸਕਾਰ, ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਅੱਤ ਦੀ ਗਰਮੀ ਪੈਣ ਦੇ ਨਾਲ ਜਲ ਜੀਵਨ ਅਸਤ ਵਿਅਸਤ ਹੋ ਚੁੱਕਾ ਹੈ, ਜਿਸ ਦੇ ਚੱਲਦੇ ਹੋਏ ਜੀਵ ਜੰਤੂ ਪਾਣੀ ਤੋਂ ਬਿਨਾਂ ਤੜਫ ਰਹੇ ਹਨ। ਤੇ ਖਾਸ ਕਰ ਜੇ ਅਸੀਂ ਗੱਲ ਕਰੀਏ ਸਤਲੁਜ ਦਰਿਆ ਦੀ, ਤਾਂ ਸਤਲੁਜ ਦਰਿਆ ਦੇ ਵਿੱਚ ਪਿਛਲੇ ਦਿਨਾਂ ਤੋਂ ਪਾਣੀ ਨਾ ਹੋਣ ਦੇ ਚੱਲਦੇ ਹੋਏ ਸਥਾਨਕ ਵਸਨੀਕਾਂ ਨੂੰ ਅਤੇ ਜਾਨਵਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਜਿਸ ਦੇ ਚੱਲਦੇ ਹੋਏ ਸਥਾਨਕ ਵਸਨੀਕਾਂ ਵੱਲੋਂ ਲਗਾਤਾਰ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਸਤਲੁਜ ਦਰਿਆ ਦੇ ਵਿੱਚ ਥੋੜਾ ਬਹੁਤ ਪਾਣੀ ਛੱਡ ਦਿੱਤਾ ਜਾਵੇ ਤਾਂ ਕਿ ਬੇਜਵਾਨ ਜਾਨਵਰਾਂ ਨੂੰ ਰਾਹਤ ਮਿਲ ਸਕੇ। ਉਸੀ ਕੜੀ ਦੇ ਚੱਲਦੇ ਹੋਏ ਅੱਜ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਸ ਵੱਲੋਂ ਇੱਕ ਪੋਸਟ ਪਾਈ ਜਾਂਦੀ ਹੈ, ਜਿਸ ਦੇ ਵਿੱਚ ਲਿਖਿਆ ਜਾਂਦਾ ਹੈ ਕਿ ਡਰੇਨਸ ਵਿਭਾਗ ਦੇ ਸੰਬੰਧਿਤ ਅਧਿਕਾਰੀਆਂ ਦੇ ਨਾਲ ਪਿੰਡ ਬੇਲਾ ਧਿਆਨੀ ਵਿੱਚ ਮੌਕੇ ਉੱਤੇ ਪਹੁੰਚ ਕੇ ਦਰਿਆ ਦਾ ਇੱਕ ਹਿੱਸਾ ਜੋ ਪਿਛਲੇ ਕਈ ਦਿਨਾਂ ਤੋਂ ਸੁੱਕ ਗਿਆ ਸੀ ਉਸ ਵਿੱਚ ਪਾਣੀ ਛੁਡਵਾਇਆ ਗਿਆ। ਦਰਿਆ ਦੇ ਨਾਲ ਲੱਗਦੇ ਕਈ ਪਿੰਡਾਂ ਤੱਕ ਪਾਣੀ ਅੱਜ ਪਹੁੰਚ ਜਾਵੇਗਾ ਅਤੇ ਅਗਲੇ 2 ਦਿਨਾਂ ਦੇ ਵਿੱਚ ਦਰਿਆ ਦੇ ਬਾਕੀ ਹਿੱਸਿਆਂ ਦੇ ਵਿੱਚ ਵੀ ਪਾਣੀ ਪਹੁੰਚ ਜਾਵੇਗਾ, ਤਾਂ ਜੋ ਕਿਸੇ ਵੀ ਜੀਵ ਜੰਤੂ ਦਾ ਇੰਨੀ ਤਪਦੀ ਗਰਮੀ ਦੇ ਵਿੱਚ ਨੁਕਸਾਨ ਨਾ ਹੋ ਸਕੇ। ਇਸ ਪੋਸਟ ਤੋਂ ਬਾਅਦ ਸਥਾਨਕ ਵਸਨੀਕ ਵੀ ਲਾਈਵ ਹੋ ਗਏ ਅਤੇ ਉਹਨਾਂ ਨੇ ਦੱਸਿਆ ਕਿ ਜਿਸ ਜਗ੍ਹਾ ਉੱਤੇ ਮੰਤਰੀ ਸਾਹਿਬ ਵੱਲੋਂ ਖੜ ਕੇ ਫੋਟੋਆਂ ਕਰਵਾਈਆਂ ਗਈਆਂ ਹਨ ਉਹ ਜਗ੍ਹਾ ਦਾ ਕੰਮ ਸਥਾਨਕ ਵਸਨੀਕਾਂ ਵੱਲੋਂ ਆਪਣੇ ਟਰੈਕਟਰ ਲਗਾ ਕੇ ਕੀਤਾ ਗਿਆ ਹੈ। ਸਥਾਨਕ ਵਸਨੀਕਾਂ ਨੇ ਲਾਈਵ ਹੋ ਕੇ ਬੋਲਿਆ ਕਿ ਜਿਸ ਜਗ੍ਹਾ ਉੱਤੇ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਡਰੇਨਸ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਪਾਣੀ ਦੇ ਲਈ ਰਸਤਾ ਬਣਾਇਆ ਗਿਆ ਹੈ, ਉਹ ਸਥਾਨਕ ਵਸਨੀਕਾਂ ਦੀ ਹੀ ਦੇਣ ਹੈ। ਤਿਆਂ ਪਹਿਲਾਂ ਤੁਹਾਨੂੰ ਸੁਣਾਉਂਦੇ ਹਾਂ ਕਿ ਸਥਾਨਕ ਵਸਨੀਕਾਂ ਨੇ ਇਸ ਬਾਰੇ ਕੀ ਬੋਲਿਆ। ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ। ਸਾਥੀਓ, ਅੱਜ ਬੜਾ ਸ਼ਰਮਿੰਦਾ ਮਹਿਸੂਸ ਕਰਦੇ ਹਾਂ। ਹਰਜੋਤ ਬੈਂਸ ਅੱਜ ਪਿੰਡ ਬੇਲਾ ਧਿਆਨੀ ਆਇਆ ਸੀ ਔਰ ਉਹਨਾਂ ਨੇ ਇੱਕ ਪੋਸਟ ਪਾਈ, ਕਿਉਂਕਿ ਪਲਾਣ ਪਨਾ ਪਲਾਸੀ ਪਾਣੀ ਬੰਦ ਸੀਗਾ ਬੇਲਾ ਧਿਆਨੀ ਦੇ ਵਿੱਚ। ਉਹਨਾਂ ਨੇ ਆ ਕੇ ਇੱਕ ਪੋਸਟ ਪਾਈ, ਪੋਸਟ ਵਿੱਚ ਕਹਿੰਦੇ ਅੱਜ ਡਰੇਨੇਜ ਵਿਭਾਗ ਦੇ ਸੰਬੰਧਿਤ ਅਧਿਕਾਰੀਆਂ ਨਾਲ ਪਿੰਡ ਬੇਲਾ ਧਿਆਨੀ ਵਿੱਚ ਮੌਕੇ ਤੇ ਪਹੁੰਚ ਕੇ ਦਰਿਆ ਦੇ ਇੱਕ ਹਿੱਸਾ ਜੋ ਪਿਛਲੇ ਕਈ ਦਿਨਾਂ ਤੋਂ ਸੁੱਕ ਗਿਆ ਸੀ ਉਸ ਵਿੱਚ ਪਾਣੀ ਛੁਡਵਾਇਆ ਗਿਆ। ਦਰਿਆ ਦੇ ਨਾਲ ਲੱਗਦੇ ਕਈ ਪਿੰਡਾਂ ਤੱਕ ਅੱਜ ਪਾਣੀ ਪੁੱਜ ਜਾਵੇਗਾ। ਅਗਲੇ 2 ਦਿਨਾਂ ਵਿੱਚ ਦਰਿਆ ਦੇ ਬਾਕੀ ਹਿੱਸੇ ਵਿੱਚ ਵੀ ਪਾਣੀ ਪਹੁੰਚ ਜਾਵੇਗਾ, ਤਾਂ ਜੋ ਕਿਸੇ ਵੀ ਜੀਵ ਜੰਤੂ ਦਾ ਇੰਨੀ ਤਪਦੀ ਗਰਮੀ ਵਿੱਚ ਨੁਕਸਾਨ ਨਾ ਹੋ ਸਕੇ। ਸਾਥੀਓ, ਮੈਂ ਤੁਹਾਨੂੰ ਦੱਸਣਾ ਚਾਹੁੰਦਾ, 22 ਮਈ ਤੋਂ ਲੱਗੇ ਹੋਏ ਮੇਰੇ ਨਾਲ ਇਹ ਸੁਖਵਿੰਦਰ ਸਿੰਘ ਖਾਲਸਾ ਮੋਤੀ ਪਿੰਡ ਭਨਾਮ ਤੋਂ ਹੈ, ਇਹ ਸਾਡੇ ਅਮਰੀਕ ਸਿੰਘ ਜੀ ਹੈ ਪਿੰਡ ਟਰਕੀ ਤੋਂ ਹੈ। 22 ਮਈ ਤੋਂ ਲਗਾਤਾਰ ਲੱਗੇ ਹੋਏ ਕਿ ਪਲਾਣ ਪਨਾ ਪਲਾਸੀ ਦੇ ਵਿੱਚ ਆ ਛੋਟੀ ਡਰੇਨ ਬੇਲਾ ਧਿਆਨੀ ਦੇ ਜਿਹੜੇ ਸਾਡੇ ਲੰਬੜਦਾਰ ਜੀ ਹੈ ਉਹਨਾਂ ਤੋਂ ਪੁੱਛੀ ਪੱਟੀ ਸੀ, ਪਰ ਛੋਟਾ ਜਿਹਾ ਕ੍ਰੈਡਿਟ ਆਪਣੇ ਛੋਟੇ ਵੀਰਾਂ ਦਿਖਾ, ਮੜਿਆ ਡਰੇਨ ਦਿਖਾ ਜਿਹੜੀ ਪੱਟੀ ਸੀ। ਤੇ ਹੁਣ ਮੇਰਾ ਵੀਰ ਇੱਕ ਸੁਖਵਿੰਦਰ ਸਿੰਘ, ਤੇ ਜ਼ਰੂਰ ਤੁਹਾਨੂੰ ਜਿਹੜੀ ਮਿਹਨਤ ਹੈ ਆਪਣੀ ਮਿਹਨਤ ਬਾਰੇ ਜ਼ਰੂਰ ਬੋਲੂੰਗਾ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਦੋਂ ਅੱਜ ਹਰਜੋਤ ਸਿੰਘ ਬੈਂਸ ਮੰਤਰੀ ਸਾਹਿਬ ਨੇ ਅੱਜ ਪੋਸਟ ਪਾਈ ਨਾ ਕਿ ਆਪਾਂ ਡਰੇਨ ਵਾਲ ਮਹਿਕਮੇ ਨੇ ਇਲਾਕਾ ਪਾਣੀ ਕੱਢ ਦਿੱਤਾ, ਉਦੋਂ ਮੈਨੂੰ ਬੜਾ ਅਫਸੋਸ ਹੋਇਆ ਕਿ ਮੰਤਰੀ ਸਾਹਿਬ ਨੇ ਸਾਰਾ ਕ੍ਰੈਡਿਟ ਆਪ ਲੈ ਲਿਆ, ਕਰਵਾਇਆ ਇੱਥੇ ਕੁਛ ਨਹੀਂ ਆ ਕੇ। ਸਾਨੂੰ 14-15 ਦਿਨ ਹੋ ਗਏ ਇੱਥੇ ਲੱਗੇ ਨੂੰ, ਤਾਂ ਸਾਡੇ ਤਾਂ ਨਹਿ ਵੀ ਟੁੱਟ ਗਏ, ਸਾਡੇ ਟਰੈਕਟਰ ਕਰਾਹ ਵੀ ਟੁੱਟ ਗਏ, ਇੱਥੇ ਸਾਡਾ 60-65 ਲੀਟਰ ਡੀਜ਼ਲ ਲੱਗ ਗਿਆ ਸਾਡਾ, ਪਰ ਮੰਤਰੀ ਸਾਹਿਬ ਕਹਿੰਦੇ ਅਸੀਂ ਇੱਥੇ ਅੱਜ ਡਰੇਨ ਮਹਿਕਮੇ ਨਾਲ ਪਾਣੀ ਕੱਢ ਦਿੱਤਾ। ਇਹ ਦੇਖੋ 15-14 ਦਿਨਾਂ ਤੋਂ ਇਹ ਅਸੀਂ ਪੱਟਿਆ ਵਾ, ਇੱਥੇ ਘਾਹ ਵੀ ਜੰਮ ਗਿਆ। ਹੁਣ ਮੇਰੇ ਨਾਲ ਸਾਡੇ ਅਮਰੀਕ ਸਿੰਘ ਜੀ ਜਿਨ੍ਹਾਂ ਦਾ ਕਰਾਹ ਵੀ ਟੁੱਟ ਗਿਆ, ਜਿਨ੍ਹਾਂ ਦਾ
ਟਰੈਕਟਰ ਪਿਛਲੇ 10-15 ਦਿਨਾਂ ਤੋਂ ਲਗਾਤਾਰ ਲੱਗਿਆ ਹੋਇਆ, ਭਾਈ ਕੁਛ ਨਾ ਕੁਛ ਜ਼ਰੂਰ ਵਿਚਾਰ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਡਰੇਨ ਹੈ, ਸਾਨੂੰ 14-15 ਦਿਨ ਹੋ ਗਏ ਪਹਿਲਾਂ ਮਸ਼ੀਨ ਨਾਲ ਪਟਾਈ। ਆ ਸਾਡੇ ਨਾਲ ਧਿਆਨੀ ਵੀ ਜਿਹੜੇ ਲੰਬੜਦਾਰ ਹੈ, ਰਾਜੂ ਲੰਬੜਦਾਰ, ਉਹਨਾਂ ਨੂੰ ਕਿਹਾ ਵੀ ਸਾਨੂੰ ਪਾਣੀ ਹੈ ਨਹੀਂ, ਜਾਨਵਰਾਂ ਵਾਸਤੇ ਵੀ ਮੱਛੀਆਂ ਮਰ ਗਈਆਂ ਦਰਿਆ 'ਚ, ਜਾਨਵਰ ਲੋਕਾਂ ਦੇ ਘੜੇ ਭਾਂਦੇ ਦੇ ਘਰੇ ਜਾ ਜਾ ਕੇ। ਤਾਂ ਇੱਥੇ ਇਹਨਾਂ ਦਾ ਮਿਹਨਤ ਤਰਲਾ ਕਰਕੇ ਅਸੀਂ ਮਿਹਨਤ ਕਰਕੇ 2 ਟਰੈਕਟਰ ਮੈਂ ਲਾ ਰੱਖੇ, ਇੱਕ ਪਹਿਲਾਂ ਇੱਥੇ ਸਵਰਾਜ ਦਾ ਪੱਟੀ ਟ੍ਰੇਨ, ਬਾਅਦ ਵਿੱਚ ਅੱਜ ਵੀ ਇੱਥੇ ਪਲਾਸੀ ਦੇ ਕੋਲ 4-5 ਘੰਟੇ ਲੱਗੇ ਮੇਰੇ ਅਰਜਨ ਟਰੈਕਟਰ ਨਾਲ, ਉਹਦਾ ਵੀ ਜਿਹੜਾ ਕ੍ਰੈਡਿਟ ਹੈ ਇਹ ਲਈ ਜਾਂਦੇ ਆ ਸਾਡੇ ਬੈਂਸ ਸਾਹਿਬ। ਇਹ ਕਹਿੰਦੇ ਅਸੀਂ ਕਰਤਾ, ਬਦਲਾਅ ਤਾਂ ਇਹ ਹੁੰਦਾ ਵੀ ਤੁਸੀਂ ਕੋਈ ਚੱਜ ਦਾ ਕੰਮ ਕਰੋ, ਇਸ ਚੀਜ਼ ਨੂੰ ਤਾਂ ਬਦਲਾ ਨਹੀਂ ਕੋਈ ਕਹਿੰਦਾ ਵੀ ਕੰਮ ਤੁਸੀਂ ਕਰ ਲਓ, ਵੀ ਮੈਂ ਕਹੀ ਜਾਵਾਂ ਮਸ਼ਹੂਰੀ ਮਾੜੇ ਸਾਬਣ ਵਾਂਗੂ ਆਪਣੀ ਦੇਈ ਜਾਵਾਂ। ਔਰ ਬਾਬਾ ਜੀ ਮੈਂ ਕਹਿੰਦਾ ਜਿਹੜੀ ਆ ਟ੍ਰੇਨ ਅੱਜ ਪੱਟੀ, ਇਹਦੇ 1,00,000 ਰੁਪਇਆ ਮੈਂ ਕਹਿੰਦਾ ਆਪਣੇ ਖਾਤੇ 'ਚ ਪਾ ਲਿਓ। 1,00,000 ਰੁਪਇਆ ਟ੍ਰੇਨ ਮਹਿ ਕੋਈ ਹੋ ਸਕਦਾ, ਬੈਂਸ ਸਾਹਿਬ ਨੂੰ ਨਾ ਪਤਾ ਹੋਵੇ ਟ੍ਰੇਨ ਮਹਿ ਕਿ ਮੈਂ ਨਾ ਖਾਓ ਭੁਗਤ ਕਰਨੇ ਨੂੰ, ਸ਼ਾਇਦ ਇਹਨਾਂ ਨਾਲ ਵੀ ਮਿਲ ਕੇ ਕਿਸੇ ਨਾਲ ਮੰਤਰੀ ਹੋਰ ਨਾਲ ਮਿਲ ਕੇ ਖਾਣ ਨਾਲ ਜਾਣ, ਸਾਨੂੰ ਤਾਂ ਇੱਥੇ ਆਉਣਾ ਪਿਆ, ਸਾਡਾ ਕੋਈ ਵੋਟਾਂ ਲੈਣ ਦੀ ਕੋਈ ਰਾਜਨੀਤੀ ਹੈ ਨਹੀਂ, ਨਾ ਅਸੀਂ ਪਿੰਚ ਹੈ ਨਾ ਸਰਪੰਚ ਨਾ ਲੰਬੜਦਾਰ, ਅਸੀਂ ਤਾਂ ਸੇਵਾਦਾਰ ਹੈ। ਅੱਜ ਦਾ ਸ਼ਾਂਤ ਲੱਗੀ ਹੋਈ ਸੀ, ਅੱਜ ਪੜ੍ਹ ਕੇ ਕਿਉਂਕਿ ਜਦੋਂ ਪੋਸਟ ਪਾਤੀ ਮੈਂ ਗਲਤ, ਮੈਂ ਤਾਂ 3:30-4 ਵਜੇ ਅੱਜ ਦੁਪਹਿਰੇ ਸਵੇਰ ਦੀ ਰੋਟੀ ਖਾਧੀ, ਮੈਂ ਉਦੋਂ ਮੈਂ 3:30-4 ਵਜੇ ਗਿਆ ਘਰੇ ਜਾ ਕੇ ਰੋਟੀ ਬਣਾ ਕੇ, ਰੋਟੀ ਖਾਧੀ ਤਾਂ ਪੋਸਟ ਪਈ ਪੈਸਾ, ਕਹਿੰਦੇ ਕਿ ਅਸੀਂ ਟ੍ਰੇਨ ਪਤਾਤੀ, ਮੈਂ ਅੱਜ ਹੁਣੇ ਫਿਰ ਆਇਆ, ਮੈਂ ਕਿਹਾ ਸ਼ਾਇਦ ਕੀ ਕਰਦੀ ਹੋਵੇ, ਜਦ ਦੇਖਿਆ ਇੱਥੇ ਤਾਂ ਕੁਛ ਵੀ ਨੀ ਗਾ, ਖੱਬਲ ਜੰਮਿਆ ਹੋਇਆ, ਘਾਹ ਜੰਮਿਆ ਵਾ, ਉਹ 15 ਦਿਨ ਦੀ ਅਸੀਂ ਪੱਟੀ ਹੈ, ਵੋਟਾਂ ਦੇ ਪਹਿਲਾਂ ਦੇ ਅਸੀਂ ਹੱਥਾਂ ਨਾਲ ਪੱਥਰ ਕੱਢਦੇ ਹਾਂ, ਸਾਡੇ ਕੋਲ ਆਨ ਰਿਕਾਰਡ ਵੀਡੀਓ ਹੈਗੀ ਹੈ ਸਾਡੀਆਂ ਪੱਥਰ ਕੱਢਦੇ ਦੀਆਂ। ਬਾਬਾ ਜੀ ਵੱਡੀ ਗੱਲ ਇਹ ਹੈ, ਫੋਟੋ ਦਾ ਇੱਕ ਭਾਗ ਜਿਹੜੀ ਇੰਨੀ ਟ੍ਰੇਨ ਪੱਟੀ ਅੱਜ, ਨਾ JCB ਨਾ ਕੋਈ ਟਰੈਕਟਰ ਦੀ ਫੋਟੋ, ਮੰਤਰੀ ਸਾਹਿਬ ਦੇ ਹੱਥ ਤੋਂ ਫੋਟੋ ਪਾ ਦਿੱਤੀ, ਟਰੈਕਟਰ JCB ਦੀ ਕੋਈ ਫੋਟੋ ਨਹੀਂ, ਮੋਦੀ ਸਾਹਿਬ ਫੋਟੋ ਖਿਚਾਉਣ ਦੇ ਬਹੁਤ ਸ਼ੌਕੀਨ ਹੈ ਨਾ, ਓਦਾਂ ਸਾਡੇ ਹੁਣ ਬੈਂਸ ਸਾਹਿਬ ਵੀ ਸ਼ੌਕੀਨ ਹੋ ਗਏ ਫੋਟੋ ਖਿਚਾਉਣ ਦੇ, ਇਸ ਕਰਕੇ ਤਾਂ ਇਹ ਕੰਮ ਸਹੀ ਨਹੀਂ ਹੈਗਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।